ਹੱਥਾਂ 'ਚ ਬੈਨਰ ਫੜ ਸੜਕਾਂ 'ਤੇ ਉਤਰੇ ਇਹ ਲੋਕ 3 ਮਹੀਨੇ ਦੀ ਮਾਸੂਮ ਬੱਚੀ ਤੇ ਉਸਦੀ ਮਾਂ ਲਈ ਇਨਸਾਫ ਮੰਗ ਰਹੇ ਨੇ, ਜਿਸ ਨੇ ਆਪਣੇ ਸਹੁਰਿਆਂ ਤੋਂ ਤੰਗ ਹੋ ਕੇ ਆਪਣੇ 3 ਮਹੀਨੇ ਦੀ ਮਾਸੂਮ ਬੱਚੀ ਦੇ ਨਾਲ ਟ੍ਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਸ ਘਟਨਾ ਨੂੰ ਹਫਤੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਪਰ ਪੁਲਿਸ ਦੀ ਅਜੇ ਤੱਕ ਕੋਈ ਵੀ ਕਾਰਵਾਈ ਸਾਹਮਣੇ ਨਹੀਂ ਆਈ ਹੈ, ਜਿਸ ਕਰਕੇ ਇਸ ਪਰਿਵਾਰ ਨੂੰ ਹੁਣ ਮਜਬੂਰਨ ਪ੍ਰਦਰਸ਼ਨ ਕਰਨਾ ਪੈ ਰਿਹਾ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਧੀ ਦੇ ਵੱਲੋਂ ਸਹੁਰਿਆਂ ਤੋਂ ਤੰਗ ਹੋ ਕੇ ਆਪਣੀ ਮਾਸੂਮ 3 ਮਹੀਨੇ ਦੀ ਬੱਚੀ ਦੇ ਨਾਲ ਟ੍ਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਸੀ, ਜਿਸ ਵਿੱਚ ਦੋਨਾਂ ਦੀ ਮੌਤ ਹੋ ਗਈ। ਮਾਪਿਆਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ। ਹਫਤੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਪਰ ਪੁਲਿਸ ਦੇ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ, ਜਿਸ ਕਰਕੇ ਹੁਣ ਇਹਨਾਂ ਪਰਿਵਾਰਿਕ ਮੈਂਬਰਾਂ ਨੂੰ ਲੋਕਾਂ ਦੇ ਸਹਿਯੋਗ ਦੇ ਨਾਲ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਤੇ ਇਨਸਾਫ ਦੀ ਮੰਗ ਕਰ ਰਹੇ ਨੇ। ਹੱਥਾਂ ਦੇ ਵਿੱਚ ਬੈਨਰ ਫੜ ਕੇ ਮਾਸੂਮ ਬੱਚੀ ਤੇ ਉਸਦੀ ਮਾਂ ਲਈ ਇਨਸਾਫ ਮੰਗ ਰਹੇ ਨੇ। ਦੱਸ ਦੇ ਕਿ ਮੋਗਾ ਦੇ ਵਿੱਚ 22 ਜਨਵਰੀ ਨੂੰ ਸਹੁਰਿਆਂ ਤੋਂ ਤੰਗ ਆਈ ਸੁਖਵਿੰਦਰ ਕੌਰ ਨੇ ਆਪਣੀ 3 ਮਹੀਨੇ ਦੀ ਮਾਸੂਮ ਬੱਚੀ ਨੂੰ ਗੋਦ 'ਚ ਚੁੱਕ ਕੇ ਟ੍ਰੇਨ ਦੇ ਅੱਗੇ ਛਾਲ ਮਾਰ ਦਿੱਤੀ, ਜਿਸ ਵਿੱਚ ਦੋਨਾਂ ਦੀ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਮਾਪਿਆਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਿਸ ਦੇ ਵੱਲੋਂ ਲਾਸ਼ਾਂ ਕਬਜ਼ੇ 'ਚ ਲਈਆਂ ਗਈਆਂ, ਪੋਸਟਮਾਰਟਮ ਵੀ ਕਰ ਲਿਆ ਗਿਆ, ਪਰ ਅੱਗੇ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੁਣ ਪ੍ਰਦਰਸ਼ਨ ਕਰਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਨੂੰ ਲਾਸ਼ਾਂ ਵੀ ਹੁਣ ਦਿੱਤੀਆਂ ਗਈਆਂ ਨੇ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀ ਫੜੇ ਨਹੀਂ ਜਾਣਗੇ ਜਾਂ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਹਨਾਂ ਦੇ ਵੱਲੋਂ ਮਾਂ ਤੇ ਬੱਚੀ ਦਾ ਅੰਤਮ ਸੰਸਕਾਰ ਨਹੀਂ ਕੀਤਾ ਜਾਏਗਾ। ਹਾਲਾਂਕਿ ਇਸ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਪਰਿਵਾਰ ਨੂੰ ਭਰੋਸਾ ਦਵਾਇਆ ਗਿਆ ਕਿ ਜਲਦ ਹੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਪਰ ਇੱਥੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਹ ਸਾਫ਼ ਕਿਹਾ ਗਿਆ ਹੈ ਕਿ ਜੇ ਜਲਦ ਤੋਂ ਜਲਦ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ, ਸਖ਼ਤ ਤੋਂ ਸਖ਼ਤ ਸਜ਼ਾ ਨਾ ਦਿੱਤੀ ਗਈ ਤਾਂ ਉਹਨਾਂ ਦੇ ਵੱਲੋਂ ਮੁੜ ਤੋਂ ਪ੍ਰਦਰਸ਼ਨ ਕੀਤਾ ਜਾਏਗਾ। ਇੱਕ ਮਾਸੂਮ ਦੀ ਖੁਦਕੁਸ਼ੀ ਦਾ ਹੈ, ਇੱਕ ਮੇਰੀ ਸਿਸਟਰ ਸੀਗੀ ਉਹਨਾਂ ਦੇ 3 ਮਹੀਨੇ ਦੇ ਬੱਚੇ ਦੀ ਖੁਦਕੁਸ਼ੀ ਦਾ ਮਾਮਲਾ ਹੈ ਜੀ ਇਹ, ਜਿਹਨੇ ਕਿ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਆਪਣੀ ਜਾਨ ਦੇ ਦਿੱਤੀ। ਕਿਵੇਂ ਜਾਨ ਦਿੱਤੀ? ਉਹਨੇ ਟ੍ਰੇਨ ਦੇ ਅੱਗੇ ਆ ਕੇ ਜੀ ਚੱਲਦੀ ਟ੍ਰੇਨ ਦੇ ਅੱਗੇ ਆਪਣੇ ਬੱਚੇ 3 ਮਹੀਨੇ ਦੇ ਬੱਚੇ ਸਮੇਤ ਆਪਣੀ ਜਾਨ ਦੇ ਦਿੱਤੀ। ਕੀ ਕਾਰਨ ਰਿਹਾ ਜੀ? ਕਾਰਨ ਜੀ, ਸਹੁਰੇ ਪਰਿਵਾਰ ਵੱਲੋਂ ਉਹਨੂੰ ਬਹੁਤ ਤਰੀਕਿਆਂ ਨਾਲ ਤੰਗ ਕੀਤਾ ਜਾਂਦਾ ਸੀ, ਜਿਹਦੇ ਕਰਕੇ ਕਿ ਉਹਨੇ ਉਹਨੂੰ ਆਪਣਾ ਮਰ ਜਾਣਾ ਹੀ ਸੌਖਾ ਲੱਗਿਆ। ਧਰਨਾ ਦੇਣ ਦੀ ਵਜ੍ਹਾ ਇਹ ਜੀ, ਅਸੀਂ 22 ਤਰੀਕ ਰਾਤ 8 ਵਜੇ ਦੇ ਕਰੀਬ ਇਹ ਹਾਦਸਾ ਹੋਇਆ ਸੀ, ਉਸ ਤੋਂ ਹੁਣ ਤੱਕ ਅੱਜ ਦੀ ਤਰੀਕ, ਅੱਜ 28 ਤਰੀਕ ਹੋ ਚੁੱਕੀ ਹੈ, 28 ਤਰੀਕ ਤੱਕ ਇੱਕ ਵੀ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਗਿਆ। ਸਾਡੇ ਧਰਨਾ ਦੇਣ ਦਾ ਕਾਰਨ ਇਹ ਹੈ ਕਿ ਸਾਨੂੰ ਸਾਡੇ ਜਿਹੜੇ ਬੱਚੇ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਨਹੀਂ, ਹਾਲੇ ਤੱਕ ਕੋਈ ਸੰਸਕਾਰ ਨਹੀਂ ਕੀਤਾ ਜੀ। ਅਸੀਂ ਜਦ ਤੱਕ ਸਾਡੇ ਜਿਹੜੇ ਦੋਸ਼ੀ ਨੇ, ਜਿਹੜੇ ਸਾਡੇ ਬੱਚੇ ਦੇ ਦੋਸ਼ੀ ਨੇ, ਜਦ ਤੱਕ ਉਹ ਗ੍ਰਿਫਤਾਰ ਨਹੀਂ ਹੁੰਦੇ ਅਸੀਂ ਸੰਸਕਾਰ ਨਹੀਂ ਕਰਾਂਗੇ। ਪੁਲਿਸ ਕੀ ਕਹਿ ਰਹੀ ਹੈ? ਪੁਲਿਸ ਆਪਣਾ, ਪੁਲਿਸ ਦਾ ਕਹਿਣਾ ਹੈ ਜੀ ਅਸੀਂ ਆਪਣਾ ਕੰਮ ਕਰ ਰਹੇ ਹਾਂ, ਅਸੀਂ ਜਾ ਰਹੇ ਹਾਂ, ਰੇਡ ਕਰ ਰਹੇ ਹਾਂ, ਬਟ ਸਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਰਿਜ਼ਲਟ ਨਹੀਂ ਹੈਗਾ, ਸਾਡੇ ਕੋਲ ਕੋਈ ਸੈਟੀਸਫੈਕਸ਼ਨਰੀ ਕੋਈ ਸਾਨੂੰ ਜਵਾਬ ਨਹੀਂ ਉਹਨਾਂ ਵੱਲੋਂ ਮਿਲ ਰਿਹਾ। ਉਹ ਜਦੋਂ ਵੀ ਅਸੀਂ ਅਧਿਕਾਰੀਆਂ ਤੱਕ ਤੁਸੀਂ ਪਹੁੰਚ ਕੀਤੀ ਤੇ ਉਹਨਾਂ ਵੱਲੋਂ ਕੀ ਜਵਾਬ ਮਿਲਿਆ? ਉੱਚ ਅਧਿਕਾਰੀਆਂ ਵੱਲੋਂ ਅਸੀਂ ਜ਼ਿਲ੍ਹਾ ਮੋਗਾ ਦੇ SSP ਨਾਲ ਅਸੀਂ ਗੱਲ ਕੀਤੀ ਸੀ, ਉਹਨਾਂ ਨੇ ਸਾਫ਼ ਕਲੀਅਰ ਤੌਰ 'ਤੇ ਉਹਨਾਂ ਵੱਲੋਂ ਸਾਨੂੰ ਜੋ ਜਵਾਬ ਮਿਲਿਆ ਕਿ ਇਹ ਸਾਡਾ ਮੈਟਰ ਨਹੀਂ ਹੈ, GRP ਦਾ ਮੈਟਰ ਹੈ। ਪਬਲਿਕ ਨੂੰ ਪਰੇਸ਼ਾਨ ਕਰੀਏ, ਸਾਨੂੰ ਅੱਜ 7 ਦਿਨ ਹੋ ਗਏ ਆ ਇਹ ਬੱਚੀ ਆਪਣੇ 3 ਮਹੀਨੇ ਦੇ ਬੱਚੇ ਨੂੰ ਲੈ ਕੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਇਹਨੇ ਗੱਡੀ ਥੱਲੇ ਆ ਕੇ ਸੁਸਾਈਡ ਕਰ ਲਈ ਹੈ। ਅਸੀਂ ਤਾਂ ਇਹ ਅੱਜ ਸਾਨੂੰ 7 ਦਿਨ ਹੋ ਗਏ ਰੋਲਦਿਆਂ ਨੂੰ, ਔਰ ਉਹ ਬੱਚੇ ਸਮੇਤ ਮੋਰਚਰੀ 'ਚ ਡੈੱਡ ਬੋਡੀਆਂ ਪਈਆਂ ਨੇ, ਸਾਨੂੰ ਹਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ, ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ। ਇਸ ਕਰਕੇ ਅਸੀਂ ਇਹ ਇੱਕ ਸ਼ਾਂਤਮਈ ਰੋਸ ਮਾਰਚ ਜਿਹੜਾ ਥਾਣਾ GRP ਤੋਂ ਲੈ ਕੇ ਇੱਥੋਂ ਤੱਕ ਅਸੀਂ ਪਹੁੰਚੇ ਹਾਂ। ਸਾਡਾ ਮਨ ਨਹੀਂ, ਅਸੀਂ ਮਾਫ਼ੀ ਮੰਗਦੇ ਤੁਹਾਤੋਂ।
ਅਸੀਂ ਇਹ ਸਾਡਾ ਦਿਲ ਨਹੀਂ ਕਰਦਾ ਵੀ ਅਸੀਂ ਪਬਲਿਕ ਨੂੰ ਖਰਾਬ ਕਰੀਏ। 7 ਦਿਨ ਹੋ ਗਏ ਸਾਨੂੰ ਰੋਲਦਿਆਂ ਨੂੰ, ਸਾਨੂੰ ਹਜੇ ਤੱਕ ਇਨਸਾਫ਼ ਨਹੀਂ ਮਿਲਿਆ, ਕੋਈ ਗ੍ਰਿਫਤਾਰੀ ਨਹੀਂ। ਤੁਸੀਂ ਭੈਣਾਂ ਖੜੀਆਂ ਜੇ ਕਿਸੇ ਦਾ ਦਿਲ ਕਰਦਾ 3 ਮਹੀਨੇ ਦੇ ਬੱਚਿਆਂ ਨੂੰ ਕੁੱਛੜ ਚੱਕ ਪਤਾ ਨਹੀਂ ਕਿੰਨੀ ਕੁ ਪਰੇਸ਼ਾਨੀ ਇਸ ਪਰਿਵਾਰ ਨੇ ਪਾਈ ਹੈ। ਮੈਂ ਤਾਂ ਮੋਗਾ ਨਿਵਾਸੀਆਂ ਨੂੰ ਅਪੀਲ ਕਰੂੰਗਾ ਵੀ ਇਹ ਮੋਗੇ 'ਚ ਰਹਿਣ ਦੇ ਕਾਬਿਲ ਨਹੀਂ ਹੈਗੇ, ਇਹ ਦੋਸ਼ੀ ਫੜੇ ਤਾਂ ਜਾਣੇ ਹੀ ਹੈ, ਪਰ ਮੈਂ ਕਹੂੰਗਾ ਇਹਨਾਂ ਨੂੰ ਇੱਥੇ ਰਹਿਣ ਦੇ ਕਾਬਿਲ ਨਾ ਛੱਡੋ। ਇੱਦਾਂ ਦੇ ਇਹ ਸਾਨੂੰ ਸਾਰਾ ਮਹੱਲੇ 'ਚੋਂ ਪਤਾ ਲੱਗ ਗਿਆ, ਬਹੁਤ ਡਿਫਾਲਟਰ ਪਰਿਵਾਰ ਸੀਗਾ, ਚਲੋ ਅਸੀਂ ਫਸ ਗਏ, ਸਾਨੂੰ ਇਹ ਨਹੀਂ ਸੀ ਪਤਾ, ਪਰ ਸਾਨੂੰ ਹਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ। ਆਹ ਤੁਸੀਂ ਦੇਖ ਲਿਆ ਛੋਟਾ ਜਿਹਾ ਬੱਚਾ, ਆਹ ਸਾਡੀ ਧੀ ਹੈ। ਸੋ ਮੈਂ ਬੇਨਤੀ ਕਰੂੰਗਾ ਤੁਹਾਨੂੰ ਪਬਲਿਕ ਨੂੰ ਵੀ ਹੱਥ ਜੋੜ ਕੇ ਇਹ ਸਾਡਾ ਸਾਥ ਦਿਓ ਜਿੰਨਾ ਤੁਸੀਂ ਹੋ ਸਕਦਾ, ਜਿੰਨਾ ਕੁ ਸਾਨੂੰ ਇਨਸਾਫ਼ ਨਹੀਂ ਮਿਲਦਾ। ਇਹਦੇ ਵਿੱਚ ਸੁਖਵਿੰਦਰ ਕੌਰ ਸੀਗੀ ਲੇਡੀਜ਼ ਜਿਹੜੀ ਸੀਗੀ, ਉਹਦਾ ਬੇਟਾ ਦਾਨਿਸ਼ ਸੀਗਾ 3 ਮਹੀਨੇ ਦਾ, ਜਿਹੜੇ ਸੂਸਾਈਡ ਕਰ ਲਈ ਸੀ ਟ੍ਰੇਨ ਦੇ ਥੱਲੇ ਆ ਕੇ, ਅਤੇ ਅੱਜ ਇਹਨਾਂ ਦੇ ਪਰਿਵਾਰ ਨੂੰ ਅਸੀਂ ਮਿਲੇ ਹਾਂ। ਇਹਨਾਂ ਨੂੰ ਕੋਈ ਇਹਨਾਂ ਨੇ ਕਈ ਤਕਲੀਫ ਜ਼ਾਹਰ ਕੀਤੀ ਆ ਵੀ ਇਹਦੇ ਵਿੱਚ ਸਾਡੀ ਆ ਤਫਤੀਸ਼ ਢਿੱਲੀ ਹੋ ਰਹੀ ਆ, ਅਸੀਂ GRP ਨਾਲ ਮਿਲ ਕੇ ਹੁਣ ਅਤੇ ਇੱਥੇ DSP ਸਿਟੀ ਮੈਂ ਮੋਗਾ ਲੱਗੇ ਹਾਂ, ਅਸੀਂ ਮਿਲ ਕੇ ਜਿਹੜੀਆਂ ਜੋ ਇਹਨਾਂ ਨੇ ਹੈਗੀ ਇਹਨਾਂ ਨੇ ਸਾਨੂੰ ਦੱਸਿਆ ਵੀ ਆਹ ਨਹੀਂ ਹੋ ਰਿਹਾ, ਅਸੀਂ ਉਹ ਸਾਰੀ ਤਫਤੀਸ਼ ਕਰਾ ਕੇ ਮੁਕੰਮਲ ਕਰਾ ਕੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਕੇ ਇਹਦੇ 'ਤੇ ਕਾਰਵਾਈ ਕਰ ਰਹੇ ਹਾਂ। ਹਾਂ ਪਰਿਵਾਰ ਨੂੰ ਅਸੀਂ ਇਹ ਸਮਝਾਇਆ ਵੀ ਪੋਸਟਮਾਰਟਮ ਹੁਣ ਕਰਵਾਇਆ ਜਾਵੇ ਤਾਂ ਹੀ ਤੁਸੀਂ ਅਗਲੀ ਕਾਰਵਾਈ ਕਰ ਸਕੋਗੇ, ਜਿਹੜੀ ਪੁਲਿਸ ਆ ਆਪਦਾ ਵਰਕ ਕਰ ਸਕੇ ਜਿਹੜੇ ਉਹਦੇ ਵਿੱਚ।